ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਇਨਫਰਮੇਸ਼ਨ ਦਫ਼ਤਰ ਵਿਖੇ ਜਿੱਥੇ ਸਮੁੱਚੇ ਦੇਸ਼ ਵਾਸੀਆਂ ਨੂੰ ਅੱਜ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ, ਉੱਥੇ ਹੀ ਉਨ੍ਹਾਂ ਬੀਤੇ ਕੱਲ GST ਦੀ ਹੋਈ ਮੀਟਿੰਗ ਵਿੱਚ ਗੁਰੂ ਘਰ ਚੱਲ ਰਹੇ ਲੰਗਰ ਵਿੱਚ ਕੋਈ ਛੂਟ ਨਾ ਦਿੱਤੇ ਜਾਣ ਤੇ ਇਤਰਾਜ਼ ਵੀ ਜਤਾਇਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵੱਡੇ ਘਰਾਣੇ ਨੂੰ ਤਾਂ GST ਵਿੱਚ ਪਹਿਲਾਂ ਹੀ ਕਾਫੀ ਛੂਟ ਦਿੱਤੀ ਹੋਈ ਹੈ, ਪਰ ਗੁਰੂ ਘਰ ਦੇ ਲੰਗਰ ਵਿੱਚ ਕੋਈ ਛੂਟ ਨਾ ਦੇਣਾ ਭਾਰਤੀ ਸੰਸਕ੍ਰਿਤੀ ਦੇ ਖਿਲਾਫ ਹੈ। ਇਸ ਲਈ SGPC ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਫਿਰ ਇੱਕ ਵਾਰ ਪੱਤਰ ਰਾਹੀਂ ਦੁਬਾਰਾ ਸੰਦੇਸ਼ ਭੇਜ ਰਹੇ ਹਾਂ ਕਿ ਇਹ ਲੰਗਰ ਸਭ ਧਰਮਾਂ ਦਾ ਸਾਂਝਾ ਹੈ ਅਤੇ ਇਸ ਵਿੱਚ ਰਾਹਤ ਦੇਣ। ਮੈਂ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ, ਸਿੱਖ ਸ਼ਰਧਾਲੂ ਸੰਗਤ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਲੱਖ ਲੱਖ ਵਧਾਈ ਦਿੰਦਾ, ਮੁਬਾਰਕਬਾਦ ਦਿੰਦਾ। ਅਸੀਂ ਵੱਡੇ ਭਾਗਿਆਂ ਵਾਲੇ ਹਾਂ ਕਿ ਅਸੀਂ ਉਸ ਛੋਟੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਪੁਰਬ ਪ੍ਰਕਾਸ਼ਪੁਰਬ ਜਿਹੜਾ ਮਨਾਉਣ ਦਾ ਮਾਣ ਪ੍ਰਾਪਤ ਕਰ ਰਹੇ ਹਾਂ। ਆਪਣੀ ਸਰਕਾਰ, ਆਪਣੇ ਦੇਸ਼ ਦੀ ਸਰਕਾਰ, ਆਪਣੇ ਲੋਕਾਂ ਦੀ ਸਰਕਾਰ ਜਿਹੜੀ ਸਭ ਕੁਝ ਜਾਣਦੀ ਆ, ਉਹਨਾਂ ਵੱਲੋਂ ਲੰਗਰ ਦੇ ਜਿੱਥੇ ਕੋਈ ਵੀ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਬੋਧੀ, ਜੈਨੀ, ਪਾਰਸੀ, ਕਿਸੇ ਵੀ ਧਰਮ ਦਾ, ਕਿਸੇ ਵੀ ਨਸਲ ਦਾ, ਸੰਸਾਰ ਦੇ ਕਿਸੇ ਵੀ ਹਿੱਸੇ ਦਾ ਹਰ ਬਾਈ ਭਾਈ ਆ ਸਕਦਾ, ਲੰਗਰ ਛਕਦਾ। ਉਸ ਲੰਗਰ 'ਤੇ GST ਲਗਾ ਦੇਣਾ ਕਿਸੇ ਤਰ੍ਹਾਂ ਵੀ ਇਹਨੂੰ ਇਹਦੀ ਸ਼ਲਾਘਾ ਨਹੀਂ ਕੀਤੀ ਜਾ ਸਕਦੀ, ਯੋਗ ਨਹੀਂ ਮੰਨਿਆ ਜਾ ਸਕਦਾ। ਅਸੀਂ ਅੱਜ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਔਰ ਦੇਸ਼ ਦੇ ਖਜ਼ਾਨਾ ਮੰਤਰੀ ਸ਼੍ਰੀ ਅਰੁਣ ਜੇਤਲੀ ਜੀ ਦੁਬਾਰਾ ਫਿਰ ਅਸੀਂ ਇਹ ਚਿੱਠੀ ਲਿਖ ਰਹੇ ਹਾਂ।